ਲੱਗਦਾ ਤੁਸੀਂ ਆਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਤੁਹਾਡਾ? ਅਮਿਤਾ। ਅਮਿਤਾ ਕਿੱਥੇ ਰਹਿੰਦੇ ਹੋ? ਅਜਨਾਲੇ। ਅਜਨਾਲੇ ਕਿ ਅਜਨਾਲੇ? ਅਜਨਾਲੇ। ਅਜਨਾਲੇ ਹਾਂਜੀ। ਕੀ ਸ਼ੌਂਕ ਹੈ ਤੁਹਾਡਾ? ਸਿੰਗਿੰਗ ਐਂਡ ਡਾਂਸਿੰਗ। ਸੁਣਾਓ ਫਿਰ ਗਾਣਾ। ਐਕਚੁਅਲੀ ਮੈਂ ਟੱਪੇ ਸੁਣਾਉਂਗੀ ਆਪਣੀ ਫਰੈਂਡਸ ਦੇ ਨਾਲ। ਅੱਛਾ ਜੀ। ਬੁਲਾਓ 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 ਫਰੈਂਡਸ ਨੂੰ ਬੁਲਾਓ। ਟੱਪੇ ਟੱਪਿਆਂ ਦੀ ਆਈ ਵਾਰੀ, ਟੱਪੇ ਟੱਪਿਆਂ ਦੀ ਆਈ ਵਾਰੀ, ਮੈਂ ਕੁੜੀ ਅੰਮ੍ਰਿਤਸਰ ਦੀ ਟੱਪਿਆਂ ਤੋਂ ਨਾ, ਮੈਂ ਕੁੜੀ ਅੰਮ੍ਰਿਤਸਰ ਟੱਪਿਆਂ ਤੋਂ ਨਾ ਹਾਰੀ, ਬਾਗਾਂ ਵਿੱਚ ਆਇਆ ਕਰੋ, ਬਾਗਾਂ ਵਿੱਚ ਆਇਆ ਕਰੋ, ਜਦੋਂ ਅਸੀਂ ਸੌਂ ਜਾਂਗੇ ਤੁਸੀਂ ਮੱਖੀਆਂ ਉਡਾਇਆ ਕਰੋ, ਕੋਠੇ ਤੇ ਆ ਮਾਇਆ, ਕੋਠੇ ਤੇ ਆ ਮਾਇਆ, ਮੈਂ ਚੈਨਲ ਸੈੱਟ ਕਰਦੀ ਤੂੰ ਐਂਟੀਨਾ ਕਮਾ ਮਾਇਆ, ਮੈਂ ਚੈਨਲ ਸੈੱਟ ਕਰਦੀ ਤੂੰ ਐਂਟੀਨਾ ਕਮਾ ਮਾਇਆ, ਮੁੰਡਾ ਰੱਜ ਕੇ ਸੋਹਣਾ ਏ, ਮੁੰਡਾ ਰੱਜ ਕੇ ਸੋਹਣਾ ਏ, ਪਿਆਰ ਸਾਨੂੰ ਨਹੀਂ ਉਹ ਕਰਦਾ ਇਸ ਗੱਲ ਦਾ ਰੋਣਾ ਏ, ਪਿਆਰ ਸਾਨੂੰ ਨਹੀਂ ਉਹ ਕਰਦਾ ਇਸ ਗੱਲ ਦਾ ਰੋਣਾ ਏ, ਸਾਨੂੰ ਰੱਜ ਕੇ ਸੋਹਣਾ ਏ, ਜੇ ਤੁਹਾਨੂੰ ਪਿਆਰ ਕਰ ਲਿਆ ਫਿਰ ਮੈਂ ਸਾਰੀ ਜ਼ਿੰਦਗੀ ਰੋਣਾ ਏ। ਲਓ ਜੀ ਪਿਓਰ ਉੱਠ ਸੋਲੋ ਤੁਹਾਨੂੰ ਗਿਫਟ ਐਂਪਰ। ਥੈਂਕ ਯੂ। ਕਿੰਨਾ ਕਹਿਰ ਗੁਜ਼ਾਰ ਰਹੇ ਨੇ ਇਹ ਦੁਨੀਆਂ ਦੇ ਲੋਕ, ਰੱਬਾ ਕਿਉਂ ਆਪਣਾ ਆਪ ਦੁਤਕਾਰ ਰਹੇ ਨੇ, ਅੱਜ ਧੀਆਂ ਮਾਰੀਏ ਜਾਂਦੇ ਨੇ ਕੱਲ ਪੁੱਤਰ ਕਿੱਥੋਂ ਲਿਆਵਣਗੇ, ਧੀ ਜੰਮੀ ਤੇ ਰੋਂਦੇ ਨੇ ਤਾਂ ਪੁੱਤਰ ਕਿਵੇਂ ਵਿਆਹਣਗੇ, ਧੀ ਜੰਮੀ ਤਾਂ ਹੰਝੂ ਹੰਡਦੇ, ਪੁੱਤ ਜੰਮੇ ਤਾਂ ਲੱਡੂ ਵੰਡਦੇ, ਮੰਗਦੀ ਨਾ ਮੈਂ ਕੋਠੀ ਕਾਰ, ਬਸ ਮਿਲਦਾ ਰਹੇ ਬਾਬਲ ਤੇਰਾ ਪਿਆਰ, ਪਰ ਫੇਰ ਵੀ ਪਤਾ ਨਹੀਂ ਕਿਉਂ ਇਹ ਲੋਕ ਮੈਨੂੰ ਕੁੱਖ ਵਿੱਚ ਮਾਰ ਰਹੇ ਨੇ, ਇਹ ਕਿੰਨਾ ਕਹਿਰ ਗੁਜ਼ਾਰ ਰਹੇ ਨੇ ਇਹ ਦੁਨੀਆਂ ਦੇ ਲੋਕ, ਰੱਬਾ ਕਿਉਂ ਆਪਣਾ ਆਪ ਦੁਤਕਾਰ ਰਹੇ ਨੇ, ਕਿਉਂ ਆਪਣਾ ਆਪ ਦੁਤਕਾਰ ਰਹੇ ਨੇ। ਥੈਂਕ ਯੂ। ਆਪ ਲਿਖਿਆ ਜੀ, ਬਹੁਤ ਸੋਹਣੀ ਕਲਮ, ਪਿਓਰ ਉੱਠ ਸੋਲੋ ਤੁਹਾਨੂੰ ਗਿਫਟ ਐਂਪਰ, ਅਤੇ ਕਲਮ ਬਾਬਾ ਜੀ ਤੁਹਾਡੀ ਕਲਮ ਨੂੰ ਬਰਕਤ ਦੇਣ, ਬਹੁਤ ਸੋਹਣਾ ਲਿਖਦੇ ਹੋ ਤੁਸੀਂ। ਗੋਡ ਬਲੈਸ ਯੂ, ਗੋਡ ਬਲੈਸ ਯੂ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਰਜਨੀ। ਇਹ ਆਈ ਪਤਾ ਕਿਵੇਂ? ਕਿੱਥੇ ਰਹਿੰਦੇ ਹੋ? ਅੰਮ੍ਰਿਤਸਰ। ਅੰਮ੍ਰਿਤਸਰ। ਸੁਣਾਓ ਫਿਰ ਕੋਈ ਗਾਣਾ, ਸੁਣਾਓ ਕੋਈ ਚੁਟਕਲਾ ਆਉਂਦਾ, ਸ਼ਾਇਰੋ ਸ਼ਾਇਰੀ। ਵੈਸੇ ਤੁਹਾਡੇ ਨਾਲ ਗੱਲ ਕਰਨੀ ਸੀ। ਗੱਲ ਕਰਨੀ ਸੀ? ਓਕੇ ਓਕੇ। ਕੈਸਾ ਸਮਾਂ ਆ ਗਿਆ? ਪਹਿਲਾਂ ਕੁੜੀਆਂ ਕਹਿੰਦੀਆਂ ਸੀ ਵੀ ਨਹੀਂ ਨਹੀਂ ਮੈਂ ਗੱਲ ਨਹੀਂ ਕਰਨੀ, 2016 ਆ ਗਿਆ ਬਸ ਗੱਲ ਹੀ ਕਰਨ ਆਈ ਸੀਗੀ ਜੀ। ਚਲੋ ਬਹੁਤ ਵਧੀਆ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਗੇ ਪੈਰੀ ਆ ਗਏ? ਭੰਗੜਾ ਕਰਨਾ ਸੀ। ਅੱਛਾ ਜੀ, ਭੰਗੜਾ ਪਾਉਣਾ, ਭੰਗੜਾ ਪਾਉਣਾ। ਤੁਹਾਨੂੰ ਪਤਾ ਇੱਕ ਮੈਂ ਏਅਰਟੈਲ ਵਾਲੇ ਭਾਅ ਜੀ ਨੂੰ ਪੁੱਛਣਾ ਚਾਹੁੰਦਾ, ਇੱਕ ਮਿੰਟ ਸਾਈਡ 'ਤੇ ਭਾਅ ਜੀ, ਇੱਕ ਜਿਹੜੀ ਆਈਫੋਨ ਦੇ ਵਿੱਚ ਸਿਮ ਪੈਂਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ? ਮਾਈਕਰੋ ਸਿਮ। ਜਿਹੜੀ ਆਮ ਫੋਨ 'ਚ ਪੈਂਦੀ ਹੈ ਉਹ ਵੱਡੀ ਚਿਪ ਹੁੰਦੀ ਹੈ। ਵੱਡੀ ਚਿਪ ਤਾਂ ਮੈਂ ਕਦੇ ਐਂ ਕਦੇ ਦੇਖੀ ਨਹੀਂ, ਜਿਹੜੀ ਮਾਈਕਰੋ ਸਿਮ ਆ ਖੜੀ ਹੈ। ਜੇ ਤੁਸੀਂ 4G ਵਾਲੀ ਸਿਮ ਲੈਣੀ ਹੈ ਭਾਈ, ਆਹ ਖੜੀ ਹੈ ਏਅਰਟੈਲ ਦੀ ਮਾਈਕਰੋ ਸਿਮ, ਨਾਲੇ ਦੁਪੱਟਾ ਵੀ ਲਾਲ ਰੰਗ ਦਾ, ਸਾਡਾ ਏਅਰਟੈਲ ਵੀ ਲਾਲ, ਇਹ ਵੀ ਲਾਲ, ਕਿੱਧਰ ਗਈ? ਅੱਛਾ ਕਮਾਲ ਦੀ ਗੱਲ ਇਹ ਹੈ, ਜਿਵੇਂ ਮਾਈਕਰੋ ਸਿਮ ਗਵਾਚਦੀ ਉਵੇਂ ਹੀ ਗਵਾਚੀ ਹੈ। ਸੁਣਾ ਆ ਜਾ, ਤੁਸੀਂ ਭੰਗੜਾ ਕਰਨਾ ਜੀ? ਤੁਹਾਡਾ ਕੀ ਨਾਮ ਹੈ? ਨਵਜੋਤ ਕੌਰ। ਨਵਜੋਤ ਕੌਰ, ਚਲੋ ਉਸਤਾਦ ਜੀ ਭੰਗੜਾ ਜੀ। ਲਓ ਜੀ, ਲਓ ਜੀ, ਲਓ ਜੀ, ਬਾਬੇ ਤਰੱਕੀ ਦੇਣ। ਲਓ ਜੀ, ਬਹੁਤ ਸੋਹਣਾ ਡਾਂਸ, ਬਹੁਤ ਸੋਹਣਾ।